ਤੁਸੀਂ ਦੇਖ ਰਹੇ ਹੋ ਵਿਪਟੀ ਨਿਊਜ਼ ਤੇ ਮੈਂ ਹਾਂ ਜਸਮੀਤ ਜੋਤੀ। ਅੱਜ 23 ਮਾਰਚ ਨੂੰ ਮਹਾਨ ਸ਼ਹੀਦਾਂ ਨੂੰ ਸਮਰਪਿਤ ਇਹ ਸਮਾਰੋਹ ਰੱਖਿਆ ਗਿਆ ਹੈ ਕਿਉਂਕਿ 23 ਮਾਰਚ ਨੂੰ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇੱਥੇ ਕਿਸਾਨ ਯੂਨੀਅਨ ਚਿੜਕ ਪਿੰਡ ਦੇ ਵਿੱਚ ਮੋਗਾ ਦੇ ਚਿੜਕ ਪਿੰਡ ਦੇ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇੱਕ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ ਜਿੱਥੇ ਤੁਹਾਨੂੰ ਤਸਵੀਰਾਂ ਅਸੀਂ ਸਾਫ਼ ਸਾਫ਼ ਦਿਖਾ ਰਹੇ ਹਾਂ ਕਿ ਜਿਹੜੇ ਦੇਸ਼ ਦੇ ਮਹਾਨ ਤਿੰਨ ਸ਼ਹੀਦ ਸੀਗੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਜੀ, ਉਹਨਾਂ ਨੂੰ ਸ਼ਰਧਾਂਜਲੀ ਇੱਥੇ ਦਿੱਤੀ ਗਈ ਹੈ। ਔਰ ਸ਼ਰਧਾ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਸਾਫ਼ ਦੇਖ ਸਕਦੇ ਹੋ ਕਿ ਇਕੱਠ ਬਹੁਤ ਜ਼ਿਆਦਾ ਇੱਥੇ ਦੇਖਣ ਨੂੰ ਤੁਹਾਨੂੰ ਮਿਲ ਰਿਹਾ। ਔਰ ਜਿਹੜੀਆਂ ਮਾਵਾਂ ਭੈਣਾਂ ਨੇ ਉਹ ਬਸੰਤੀ ਚੁੰਨੀਆਂ ਦੇ ਚੁੰਨੀਆਂ ਲਿੱਤੀਆਂ ਹੋਈਆਂ ਉਹਨਾਂ ਨੇ, ਔਰ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਬਸੰਤੀ ਪੱਗਾਂ ਲੈ ਕੇ ਸ਼ਰਧਾਂਜਲੀ ਸਮਰਪਿਤ ਉਹਨਾਂ ਨੂੰ ਕੀਤੀ ਆ। ਇੱਥੇ ਕਾਨੂੰਨ ਦਾ ਸਹੀ ਰਾਜ ਹੋਵੇ ਉਹਨੂੰ ਇਨਕਲਾਬ ਕਹਿੰਦੇ ਆ, ਪਰ ਇਨਕਲਾਬ ਦਾ ਅੱਜ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਕੰਨਵਾਂ ਜਿਹੜਾ ਹੈਗਾ ਸ਼ਹੀਦੀ ਦਿਹਾੜਾ ਹੈਗਾ। ਅੱਜ ਦਾ ਪ੍ਰੋਗਰਾਮ ਅਸੀਂ ਇਹਨਾਂ ਸ਼ਹੀਦਾਂ ਨੂੰ ਸਮਰਪਿਤ ਕੀਤਾ ਹੈਗਾ। ਅਸੀਂ ਸਮਝਦੇ ਹੈਗੇ ਹਾਂ ਕਿ ਜਿਸ ਕਾਜ ਦੇ ਲਈ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਜਿਹੋ ਜੀ ਰਾਜ ਲਿਆਉਣ ਲਈ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਅੱਜ ਤੱਕ ਉਹੋ ਜਿਹਾ ਰਾਜ ਜਿਹੜਾ ਹੈਗਾ ਨਹੀਂ ਆ ਸਕਿਆ ਹੈਗਾ। ਉਹੋ ਜਿਹਾ ਰਾਜ ਲਿਆਉਣ ਲਈ ਅੱਜ ਵੀ ਕੁਰਬਾਨੀਆਂ ਕਰਨ ਦੀ ਲੋੜ ਹੈਗੀ ਹੈ। ਤਾਂ ਹੀ ਜਿਹੜਾ ਹੈਗਾ ਸੱਚੇ ਅਰਥਾਂ ਵਿੱਚ ਜੋ ਇਹੋ ਜਿਹਾ ਰਾਜ ਚਾਹੁੰਦੇ ਸੀ ਉਹੋ ਜਿਹਾ ਆ ਸਕਦਾ ਹੈਗਾ। ਅੱਜ ਅਸੀਂ ਦੇਖਦੇ ਹੈਗੇ ਹਾਂ ਕਿ ਜਿਹੜਾ ਉੱਠਦਾ ਹੈਗਾ ਖੜਕੜਕਾਂ ਚਲਾ ਗਿਆ, ਜਿਹੜਾ ਉੱਠਦਾ ਹੈਗਾ ਭਗਤ ਸਿੰਘ ਦੀ ਸਮਾਧ 'ਤੇ ਚਲਾ ਗਿਆ, ਫੁੱਲ ਮਾਲਾ ਅਰਪਣ ਕਰਤੀ, ਸਿਰਫ ਪੀਲੀਆਂ ਪੱਗਾਂ ਬੰਨ੍ਹ ਕੇ ਖੜਕੜਕਲਾਂ ਜਾਣਾ ਜਾਂ ਭਗਤ ਸਿੰਘ ਦੀ ਸਮਾਧ 'ਤੇ ਜਾਣਾ, ਉਹਦੇ ਨਾਲ ਇਨਕਲਾਬ ਨਹੀਂ ਆਉਂਦਾ ਗਾ। ਜਿੰਨਾ ਚਿਰ ਸੱਚੇ ਅਰਥਾਂ ਦੇ ਵਿੱਚ ਜੋ ਜਿਸ ਕਾਜ ਲਈ ਉਹਨਾਂ ਨੇ ਦਿੱਤਾ ਹੀ ਸੀ ਜ਼ਿੰਦਗੀ ਕਿ ਲੁੱਟ ਰਹਿਤ ਸਮਾਜ ਜਿਹੜਾ ਹੈਗਾ ਸਿਰਜਿਆ ਜਾਵੇ, ਤਾਂ ਹੀ ਜਿਹੜਾ ਹੈਗਾ ਸੱਚਾ ਰਾਜ ਆਊਗਾ। ਜੇ ਮਨੁੱਖ ਤੋਂ ਮਨੁੱਖ ਦੀ ਲੁੱਟ ਹੁੰਦੀ ਹੈ ਤਾਂ ਅਸੀਂ ਸਮਝਦੇ ਹੈਗਾ ਕਿ ਰਾਜ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਨਹੀਂ। ਅੱਜ ਵੀ ਮਨੁੱਖ ਤੋਂ ਮਨੁੱਖ ਦੀ ਲੁੱਟ ਕੀਤੀ ਜਾਂਦੀ ਹੈਗੀ ਹੈ। ਅਸੀਂ ਦੇਖਦੇ ਹੈਗੇ ਹਾਂ ਕਿਵੇਂ ਸਮੇਂ ਦੇ ਹਾਕਮਾਂ ਨੇ ਪਹਿਲਾਂ ਕਾਲੇ ਕਾਨੂੰਨ ਲਿਆਉਂਦੇ ਸੀਗੇ, ਉਹ ਕਾਨੂੰਨ ਕਿਸਾਨਾਂ ਨੇ ਸੰਘਰਸ਼ ਦੁਆਰਾ ਜਿਹੜੇ ਹੈਗੇ ਹੈ ਉਹ ਵਾਪਸ ਕਰਾਏ ਨੇ। ਅੱਜ ਜਿਹੜੀ ਭਾਰਤ ਦੀ ਹਕੂਮਤ ਹੈਗੀ ਹੈ ਉਹ ਫਿਰਕਾ ਪ੍ਰਸਤੀ ਫੈਲਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੀ ਹੈਗੀ ਹੈ। ਅਸੀਂ ਸਮਝਦੇ ਹੈਗੇ ਹਾਂ ਕਿ ਫਿਰਕਾ ਪ੍ਰਸਤੀ ਫੈਲਾਉਣ ਦੇ ਨਾਲ ਜਿਹੜਾ ਹੈਗਾ ਲੋਕਾਂ ਦਾ ਨੁਕਸਾਨ ਹੋਊ, ਅਤੇ ਅੱਜ ਲੋੜ ਇਸ ਗੱਲ ਦੀ ਹੈਗੀ ਆ ਕਿ ਭਗਤ ਸਿੰਘ ਦੇ ਵਿਚਾਰਾਂ ਦੇ ਖੜ ਕੇ
जिहड़ी फिरका परस्त फैला रही सरकार है उसनू भांज दित्ती सास के इहदे लई अज साडी जथेबंदी वल्लों पंजाब विच बहुत सारे थावां ते जिला पद्धर ते अज अजिहे प्रोग्राम किए जा रहे हैं तां कि असीं लोकां नू भगत सिंह राजगुरू ते सुखदेव होरां दे विचारां तों जाणू करा सकीए तां कि आउण वाले समें दे विच ओह लोक भी संघर्ष विच कुद्दण। ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਔਰ ਹਰ ਇੱਕ ਤੁਹਾਨੂੰ ਤਸਵੀਰਾਂ ਦੇ ਵਿੱਚ ਸ਼ਰਧਾਂਜਲੀ ਦਿੰਦੇ ਹੋਏ ਵੀ ਤੁਸੀਂ ਦੇਖਿਆ ਵਾ। ਸੋ ਤੁਸੀਂ ਇਸੇ ਦੇ ਨਾਲ ਹੀ ਸਾਡੇ ਨਾਲ ਜੁੜੇ ਰਹੋ, ਦੇਖਦੇ ਰਹੋ ਵਿਪਟੀ ਨਿਊਜ਼। ਮੈਂ ਹਾਂ ਜਸਮੀਤ ਜੋਤੀ।